ਸੀ ਦੇਖ ਰਹੇ ਹਾਂ ਡੀ ਨਿਊਜ਼ ਪੰਜਾਬ ਜਿਵੇਂ ਤੁਹਾਨੂੰ ਪਤਾ ਵੀ ਆਪਣਾ ਹਫਤਾਵਾਰੀ ਪ੍ਰੋਗਰਾਮ ਵਿਚਾਰ ਚਰਚਾ ਭੱਖ ਦੇ ਮਸਲਿਆਂ ਤੇ ਉਹ ਕਰਦੇ ਹੁੰਦੇ ਆ ਤੇ ਸਾਡੇ ਨਾਲ ਹੁੰਦੇ ਨੇ ਭਾਈ ਜਸਕਨ ਸਿੰਘ ਸਿਵੀਆਂ ਤੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਿਵੀਆਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਸਿਵੀਆਂ ਸਾਹਿਬ ਗੱਲ ਫੂਲਕਾ ਸਾਹਿਬ ਦੀ ਗੱਲ ਤੋਂ ਕਰਦੇ ਆ ਵੀ ਉਹਨਾਂ ਨੇ ਵਿਧਾਨ ਸਭਾ ਚ ਮਤਾ ਪਾਸ ਕਰਵਾਤਾ ਕਹਿੰਦੇ ਭਾਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜੋ ਹੋਣੀਆ ਚਾਹੀਦੀਆਂ ਕਿਉਂਕਿ ਬੜੇ ਲੰਮੇ ਸਮੇਂ ਤੋਂ ਕਹਿੰਦੇ ਆ ਅਕਾਲੀ ਦਲ ਦਾ ਭਾਈ ਕਬਜ਼ਾ ਉਤੇ ਤੇ ਇਹ ਸਾਰੀ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹੋ ਜਦੋਂ ਕਿ ਅਕਾਲੀ ਦਲ ਤੇ ਭਾਜਪਾ ਵਾਲੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਅਸਲ 'ਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਦੀ ਗੱਲ ਨਹੀਂ ਜੀ ਇਹ ਗੱਲ ਹੈ ਵੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋ ਕਿਉਂ ਨਹੀਂ ਰਹੇ ਜੀ ਜਦੋਂ ਕਿ ਇਹ ਦੀ ਸੰਵਿਧਾਨਕ ਪ੍ਰਕਿਰਿਆ ਹੈ ਜੀ ਇਹ ਸੈਂਟਰ ਗਵਰਨਮੈਂਟ ਦੇ ਗ੍ਰਹਿਭਾਗ ਦੇ ਅੰਡਰ ਆਉਂਦੀ ਆ ਉਹਨਾਂ ਨੇ ਇਹਦੇ ਇਲੈਕਸ਼ਨ ਕਰਾਉਣੇ ਹੁੰਦੇ ਆ ਆਏ 5 ਸਾਲਾਂ ਬਾਅਦ ਜੀ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਆਪਦੇ ਟਾਈਮ ਤੇ ਹੁੰਦੇ ਆ ਜੀ ਪਾਰਲੀਮੈਂਟ ਦੇ ਇਲੈਕਸ਼ਨ ਆਪਦੇ ਟਾਈਮ ਤੇ ਹੁੰਦੇ ਆ ਹਮ ਪੰਚਾਇਤਾਂ ਦੇ ਇਲੈਕਸ਼ਨ ਆਪਦੇ ਟਾਈਮ ਤੇ ਹੁੰਦੇ ਆ ਨਹੀਂ ਗੱਲ ਕੀ ਛੋਟੀ ਤੋਂ ਛੋਟੀ ਬਾਡੀ ਦੇ ਵੀ ਹਮ ਇਲੈਕਸ਼ਨ ਆ ਆਪਦੇ ਮਿੱਥੇ ਟਾਈਮ ਤੇ ਹੁੰਦੇ ਆ ਫਿਰ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਮਿੱਥੇ ਟਾਈਮ ਤੇ ਕਿਉਂ ਨਹੀਂ ਜੀ ਹੁਣ 3 ਸਾਲ ਸਮਾਨੰਗੇ ਨੂੰ ਹੋ ਗਿਆ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਦਾ ਜੀ ਫਿਰ 3 ਸਾਲ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਕਿਉਂ ਨਹੀਂ ਹੋ ਰਹੇ ਜੀ ਇਹ ਵਿਧਾਨ ਸਭਾ ਦਾ ਫਰਜ਼ ਹੀ ਬੰਦਾ ਹੈ ਵੀ ਉਹ ਕੇਂਦਰ ਸਰਕਾਰ ਨੂੰ ਲਿਖੇ ਵੀ ਇੱਥੇ ਇਲੈਕਸ਼ਨ ਹੋਣੇ ਚਾਹੀਦੇ ਆ ਮੈਨੂੰ ਦੂਜੇ ਪਾਸੇ ਸਮਝ ਨਹੀਂ ਆਈ ਅਕਾਲੀ ਦਲ ਦੀ ਮੰਗ ਤਾਂ ਇਹ ਅਕਾਲੀ ਦਲ ਨੂੰ ਵੀ ਕਰਨੀ ਚਾਹੀਦੀ ਸੀ ਵੀ ਇਹ ਇਲੈਕਸ਼ਨ ਆ ਜਿਹੜੇ ਟਾਈਮ ਤੇ ਹੋਣ ਤਾਂ ਕਿ ਇਹ ਸੰਵਿਧਾਨਕ ਵਾਸਤਾ ਜਿਹੜੀ ਬੜੀ ਜਦੋਜਹਦ ਦੇ ਬਾਅਦ ਲਈ ਗਈ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਹੈ ਉਸ ਬਾਡੀ ਨੂੰ ਲੋਕਤੰਤਰ ਢੰਗ ਉਹਦਾ ਕੈਮ ਰਹਿੰਦਾ ਤੇ ਉਹ ਆਏ ਸਾਲ 5 ਸਾਲਾਂ ਬਾਅਦ ਚੋਣ ਹੁੰਦੇ ਰਹਿੰਦੇ ਉਹਨਾਂ ਨੂੰ ਵੀ ਮੰਗ ਕਰਨੀ ਚਾਹੀਦੀ ਸੀ ਪਰ ਕਰਨ ਲੱਗੇ ਵਿਰੋਧ ਜੀ ਹੁਣ ਜਦੋਂ ਵਿਰੋਧ ਇਹਦੀ ਸਮਝ ਨਹੀਂ ਆਉਂਦੀ ਇਹ ਜਾਂ ਇਸ ਗੱਲ ਦਾ ਵਿਰੋਧ ਹੈ ਵੀ ਇਹਦੇ ਕਬਜ਼ੇ ਹੀ ਸਾਡਾ ਰਹੇ ਇਲੈਕਸ਼ਨ ਹੋਣ ਹੀ ਨਾ ਜੀ ਫਿਰ ਜਾਂ ਉਹ ਇਹ ਕਰਨ ਵੀ ਇਹਦਾ ਕੋਈ ਐਸੀ ਮਤਾ ਪਾਦਨ ਕਬਜ਼ਾ ਉਹਨਾਂ ਦਾ ਹੈਗਾ ਆਪੇ ਕੌਮ ਜਿਵੇਂ ਵੇਖੂ ਜੋ ਉਹ ਕਿ ਕਬਜ਼ੇ ਦੂਰ ਕਰਾਉਣਗੇ ਉਹ ਕਰਾ ਲੈਣਗੇ ਇਸ ਕਰਕੇ ਸ਼ਰੋਮਨੀ ਕਮੇਟੀ ਦੇ ਇਲੈਕਸ਼ਨ ਆ ਜਿਹੜੇ ਉਹ ਡਿਊ ਪਏ ਆ 3 ਸਾਲਾਂ ਤੋਂ ਉਹ ਹੋਣੇ ਚਾਹੀਦੇ ਹਰ ਹਾਲਤ 'ਚ ਛੇਤੀ ਤੋਂ ਛੇਤੀ ਹੋਣੇ ਚਾਹੀਦੇ ਐ ਤਾਂ ਕਿ ਕੋਈ ਵੀ ਆਵੇ ਕੋਈ ਪਾਰਟੀ ਜਿੱਤਦੀ ਐ ਉਹ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਐ ਉਹ ਚਲਾਵੇ ਇਹਦੇ ਚ ਇਹ ਤਾਂ ਨਹੀਂ ਹੈ ਵੀ ਇਹ ਇੱਕ ਇਲੈਕਸ਼ਨ ਹੋਣ ਹੀ ਨਾ ਇਲੈਕਸ਼ਨ ਤਾਂ ਆਪਦੇ ਟਾਈਮ ਤੇ ਹੋਣੇ ਚਾਹੀਦੇ ਐ ਇਹ ਜਿਹੜਾ ਵਿਧਾਨ ਸਭਾ ਦੀ ਪ੍ਰਕਿਰਿਆ ਫੂਲਕਾ ਸਾਹਿਬ ਨੇ ਇਹ ਮਤਾ ਲਿਆਂਦਾ ਹੈ ਇਹ ਮਤਾ ਆਪਾਂ ਇਸ ਵਿਚਾਰ ਚਰਚਾ ਦੇ ਵਿੱਚ ਇਹਦੀ ਵਿਚਾਰ ਚਰਚਾ ਕਰਨੀ ਬੰਦੀ ਐ ਵੀ ਇਹ ਛਲਾਂਗਾ ਜੋਗ ਕਦਮ ਹੈ ਇਹਨੂੰ ਜਿੰਨਾ ਵੀ ਮਤਲਬ ਹਾਈਲਾਈਟ ਕੀਤਾ ਜਾਵੇ ਕਿਉਂ ਨਹੀਂ ਹੁੰਦੇ ਛੇਤੀ ਤੋਂ ਛੇਤੀ ਇਲੈਕਸ਼ਨ ਆ ਜਿਹੜੇ ਉਹ ਹੋਣੇ ਚਾਹੀਦੇ ਆ ਇਹ ਸ਼ਰੋਣੀ ਕਮੇਟੀ ਦੇ ਜੀ ਇਹ ਦੂਸਰੀ ਗੱਲ ਹੈਗੀ ਹੈ ਸਿਵਿਆ ਸਾਹਿਬ ਜੋ ਪਿਛਲੇ ਦਿਨੀ ਪਟਿਆਲਾ ਚ ਜਿਹੜੇ ਅਧਿਆਪਕ ਹੈ ਉਹਨਾਂ ਦੇ ਕਾਫੀ ਲਾਠੀ ਚਾਰਜ ਹੋਇਆ ਸੋਸ ਸੁਸਾਇਟਾਂ ਦੇ ਵੀ ਉਹਨਾਂ ਦੀਆਂ ਫੋਟੋਆਂ ਕਾਫੀ ਵਾਇਰਲ ਹੋਈਆਂ ਵੀ ਭਾਈ ਕਾ ਵੀ ਕੁੱਟਮਾਰ ਹੋਈ ਹੈ ਤੇ ਉਹ ਆਪਦੇ ਹੱਕ ਮੰਗ ਰਹੇ ਸੀ ਤੇ ਇਹ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਬੁਰੀ ਤਰ੍ਹਾਂ ਇਸ ਤਰ੍ਹਾਂ ਪੁਲਿਸ ਦਾ ਕੁੱਟਣਾ ਹੱਕ ਮੰਗਦਿਆਂ ਨੂੰ ਤੇ ਇੱਕ ਪਾਸੇ ਸਰਕਾਰ ਗੱਲ ਕਰਦੀ ਹੈ ਵੀ ਘਰ ਘਰ ਨੌਕਰੀ ਦੇਵਾਂਗੇ ਤੇ ਜਿਹੜੇ ਯੋਗ ਹੈਗੇ ਆ ਉਹਨਾਂ ਨੂੰ ਜਿਹੜੇ ਟੀਚਰ ਉਹਨਾਂ ਨੂੰ ਨੌਕਰੀਆਂ ਵਾਸਤੇ ਜਾਂ ਉਹਨਾਂ ਦੇ ਜਿਹੜੀਆਂ ਹੈਗੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੇ ਹਰ ਇੱਕ ਵਿਅਕਤੀ ਨੂੰ ਆਪਦੇ ਹੱਕਾਂ ਪ੍ਰਤੀ ਰੋਸ ਪ੍ਰੋਟੈਸਟ ਕਰਨ ਦਾ ਸੰਵਿਧਾਨ ਦੀ ਵਸਤਾ ਜਾਂ ਹੱਕ ਹੈ ਵੀ ਉਹ ਆਪਦੇ ਮੰਗ ਜਿਹੜੇ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਪ੍ਰਤੀ ਉਹ ਆਪਦਾ ਰੋਸ ਜ਼ਾਹਰ ਕਰਕੇ ਸਰਕਾਰਾਂ ਤੋਂ ਮੰਗਾਂ ਮੰਨਵਾ ਸਕਦੇ ਆ ਹੁਣ ਟੀਚਰ ਆ ਜਿਹੜੇ ਇਹ ਟੀਚਰਾਂ ਦੀਆਂ ਅਡੋ ਅਡ ਮਦਾ ਐ ਜਿਵੇਂ 5178 ਅ ਟੀਚਰ ਜਿਨ੍ਹਾਂ ਨੂੰ ਨੌਕਰੀ ਦੌਰਾਨ ਕੱਢ ਕੇ ਘੱਟ ਤਨਖਾਹਾਂ ਤੇ ਉਹਨਾਂ ਨੂੰ ਰੱਖਣ ਦੀ ਪ੍ਰਕਿਰਿਆ ਚਲਾਈ ਗਈ ਵੀ ਜਦੋਂ ਕਿ ਉਹ 35-40 ਹਜ਼ਾਰ ਰੁਪਿਆ ਪਹਿਲਾਂ ਤਨਖਾਹ ਲੈ ਰਹੇ ਸੀ ਹੁਣ ਕਹਿੰਦੇ ਵੀ ਸਾਨੂੰ ਅਸੀਂ ਰੈਗੂਲਰ ਕਰਾਂਗੇ ਤੁਸੀਂ 15000 ਜਾਂ 10000 ਮੁੱਢਲੀ ਬੇਸਿਕ ਤੇ ਬੇਸਿਕ 10000 300 ਤੇ ਕੰਮ ਕਰੋ ਜਾਂ ਜਦੋਂ ਉਹਨਾਂ ਨੇ ਸੰਘਰਸ਼ ਚਲਾਇਆ ਕੁਝ ਇੱਕ ਅਧਿਆਪਕ ਹੈ ਜਿਹੜੇ ਉਹ ਦੂਰ ਦਰੇਡੇ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਜੀ ਇਹਦੇ ਵਿੱਚੋਂ ਅਧਿਆਪਕਾਂ ਨੇ ਇੱਕ ਆਪ ਦਾ ਰੋਸ ਮਜ਼ਾਰੇ ਸਰਕਾਰ ਦੇ ਖਿਲਾਫ ਕਰਨਾ ਸ਼ੁਰੂ ਕਰੇ ਜਿਹਦੇ ਵਿੱਚੋਂ ਲੜੀ ਦੇ ਤਾ ਪਟਿਆਲੇ ਦੇ ਵਿੱਚ ਉਹਨਾਂ ਨੇ ਰੋਸ ਮਾਰਚ ਰੱਖਿਆ ਸੀਗਾ ਉਹ ਕੈਪਟਨ ਮਰਿੰਦਰ ਸਿੰਘ ਦੇ ਮਹਿਲਾਂ ਵੱਲ ਉਹਨਾਂ ਨੇ ਜਾ ਕੇ ਉੱਥੇ ਸਮਾਪਤ ਕਰਨਾ ਸੀ ਉਹਦੇ ਕਈ ਥਾਂ ਹੀ ਪੁਲਿਸ ਨੇ ਬੈਰੀਕਾਡ ਲਾ ਕੇ ਆਪਾਂ ਵੀਡੀਓ ਵਾਇਰਲ ਹੁੰਦੀਆਂ ਵੇਖੀਆਂ ਪੁਲਿਸ ਨੇ ਰੋਕਣ ਦਾ ਯਤਨ ਕੀਤਾ ਉਹਦੇ ਵਿੱਚੋਂ ਇਹ ਵੇਖੋ ਕਿੰਨਾ ਜੋਸ਼ ਉਹਨਾਂ ਅਧਿਆਪਕਾਂ ਚ ਉਹਨਾਂ ਬੀਬੀਆਂ ਚ ਲਟਕੀਆਂ ਚ ਆਇਆ ਜਿਨ੍ਹਾਂ ਨੇ ਦੋ ਤਿੰਨ ਥਾਂ ਹੀ ਬੈਰੀਕਾਡ ਤੋੜ ਕੇ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ लाठी चार्ज ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਜ਼ਖਮੀ ਕਰਨਾ ਜਾਂ ਉਹ ਕਰਨਾ लाठी चार्ज ਇਸ ਕਰਕੇ ਕੀਤਾ ਜਾਂਦਾ ਹੈ ਵੀ ਇਥੋਂ ਦੀ ਜਿਹੜੀ ਭੀੜ ਹੈ ਉਹਨੂੰ ਖੰਡਾ ਦਿੱਤਾ ਜਾਵੇ ਜਾਂ ਜਿੰਨਾ ਹਾਲਤਾਂ 'ਚ ਕੋਈ ਸਥਿਤੀ ਜਾਂਦੇ ਗੰਭੀਰ ਬਣਦੀ ਹੋਵੇ ਤਾਂ ਉੱਥੇ ਲਾਠੀ ਚਾਰਜ ਕਰਨਾ ਬੰਦ ਹੈ ਇੱਥੇ ਲਾਠੀ ਚਾਰਜ ਤੋਂ ਸ੍ਰਿੰਦਰ ਜੀ ਅੱਗੇ ਜਾ ਕੇ ਪਾਣੀ ਦੀਆਂ ਬਿਛਾੜਾਂ ਜਿਵੇਂ ਮਾਰੀਆਂ ਜਾ ਰਹੀਆਂ ਸੀ ਜੀ ਉਹਦੇ ਵਿੱਚ ਬੱਚੇ ਬੇਹੋਸ਼ ਹੋ ਕੇ ਵੀ ਡਿੱਗਦੇ ਦੇਖੇ ਜੀ ਕਈ ਪੁਲਿਸ ਮੁਲਾਜ਼ਮ ਵੀ ਉਸ ਪਾਣੀ ਦੀਆਂ ਵਿਚਾੜਾਂ ਦੇ ਵਿੱਚ ਆ ਕੇ ਜਿਹੜੇ ਜ਼ਖਮੀ ਹੋਏ ਆ ਜੀ ਹੁਣ ਇਹ ਹੋਣਾ ਨਹੀਂ ਚਾਹੀਦਾ ਲੋਕਤੰਤਰ ਦੇ ਵਿੱਚ ਕਿਉਂਕਿ ਜਦੋਂ ਸੰਵਿਧਾਨ ਨੇ ਸਾਨੂੰ ਹਰ ਇੱਕ ਪ੍ਰੋਟੈਸਟ ਕਰਨ ਦਾ ਅਧਿਕਾਰ ਦਿੱਤਾ ਹੈ ਹੂੰ ਉਹਨਾਂ ਨੂੰ ਪ੍ਰੋਟੈਸਟ ਕਰ ਲੈਣ ਦੇਂਦੇ ਉਹ ਆਪਣੇ ਵਿੱਚੇ ਸੀਗੇ ਉਹਨਾਂ ਨੇ ਕਿਹੜਾ ਕੋਈ ਉਹ ਕਿਸੇ ਹੋਰ ਕਾਏ ਸੀ ਜਾਂ ਉਹਨਾਂ ਨੇ ਕੋਈ ਨੁਕਸਾਨ ਪਹੁੰਚਾ ਦੇਣਾ ਸੀ ਆਪੇ ਮਹਿਲਾਂ ਕੋਲੋਂ ਜਾ ਕੇ ਉਹ ਮਜਾਰਾ ਕਰਕੇ ਮੁੜਿਆ ਆਉਂਦੇ ਪਤਾ ਨਹੀਂ ਇਹ ਕਿਉਂ ਖਤਰਾ ਲੱਗਣ ਲੱਗ ਜਾਂਦਾ ਇਹ ਹੋਣਾ ਨਹੀਂ ਚਾਹੀਦਾ ਸੀ ਜੀਆ ਸਾਹਿਬ ਜਿਵੇਂ ਸਰਕਾਰ ਕੋਈ ਵੀ ਪਾਰਟੀ ਦਾ ਲੀਡਰ ਹੈ ਵੋਟਾਂ ਤੋਂ ਪਹਿਲਾਂ अनेਕਾਂ ਦਾਅਵੇ ਕਰਦੇ ਐ ਸੇਹ ਸੂਲਤਾਂ ਦੀ ਸਿੱਖਿਆ ਦੀ ਵਖਰੇ ਵਖਰੇ ਪਰ ਉਹ ਆਪਦੇ ਉਮੀਦਾਂ ਦੇ ਖਰੀਆਂ ਨਹੀਂ ਉੱਤਰੀਆਂ ਸਰਕਾਰਾਂ ਹੁਣ ਵੀ ਜਿਹੜਾ ਹੈਗੀ ਆ ਹਾਲਤ ਆਪਾਂ ਨਾਲ ਹੀ ਸਵਾਲ ਇਹਦੇ ਕਰਦੇ ਆਂ ਵੀ ਸਰਕਾਰੀ ਸਕੂਲਾਂ ਦੀ ਹਾਲਤ ਅਤਮਾੜੀ ਹੈ ਹਰ ਸਾਲ ਜੋ ਦਾਖਲੇ ਘਟ ਰਹੇ ਆ ਪ੍ਰਾਈਵੇਟ ਸਕੂਲ ਥੜਾ ਥੜ ਖੁੱਲ ਰਹੇ ਆ ਲੋਕਾਂ ਦੀ ਲੁੱਟ ਖਸਟ ਹੋ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਅਸਰਚ ਜਿਹੜਾ ਸਰਕਾਰੀ ਸਕੂਲਾਂ ਦਾ ਤੁਸੀਂ ਸਵਾਲ ਕੀਤਾ ਹੈ ਵੀ ਉਹਨਾਂ ਦੀ ਹਾਲਤ ਆ ਜਿਹੜੀ ਮਾੜੀ ਹੈ ਉਹ ਹਾਲਤ ਇੰਨੀ ਮਾੜੀ ਹੈ ਵੀ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਹੂੰ ਵਿਦਿਆ ਦਾ ਮਿਆਰ ਹੂੰ ਉਹ ਬਹੁਤ ਹੀ ਨੀਵਾ ਆ ਚੁੱਕਾ ਹੈ ਜੀ ਬਹੁਤ ਹੁਣ ਬੱਚੇ ਆ ਜਿਹੜੇ ਲੋਕਾਂ ਦਾ ਕਰਜ਼ਾਣ ਜਾ ਬਣ ਗਿਆ ਹੂੰ ਪ੍ਰਾਈਵੇਟ ਸਕੂਲਾਂ ਚ ਪੜਾਉਣਾ ਹੂੰ ਉਥੇ ਬੱਚੇ ਨੂੰ ਤਿਆਰ ਕਰਕੇ ਟਾਈ ਲਾ ਕੇ ਮਹਿੰਗੇ ਖਰਚ ਕਰਕੇ ਹੂੰ ਅਸੀਂ ਆਪਦੀ ਜਿਹੜਾ ਸਾਡਾ ਸੱਭਿਆਚਾਰ ਹੈ ਸਾਡੀ ਬੋਲੀ ਹੈ ਅਸੀਂ ਉਸ ਨੂੰ ਆਪ ਦੇ ਆਪ ਪੈਰ ਕਹਾੜਾ ਮਾਰ ਰਹੇ ਹਾਂ ਜੀ ਉਹ ਲੋਕ ਸਾਡਾ ਆਰਥਿਕ ਸ਼ੋਸ਼ਣ ਵੀ ਕਰਦੇ ਆ ਹੁਣ ਸਰਕਾਰੀ ਸਕੂਲਾਂ ਚ ਵੀ ਇਕੱਲੀ ਸਰਕਾਰਾਂ ਦਾ ਵੀ ਆਪਾਂ ਕਿਸੇ ਨੂੰ ਦੋਸ਼ ਨਾ ਦੇਈਏ ਹੁਣ ਮੰਨ ਲਓ ਇੱਕ ਸਰਕਾਰੀ ਅਧਿਆਪਕ ਜਿਹੜਾ 70-80 ਹਜ਼ਾਰ ਰੁਪਇਆ ਤਨਖਾਹ ਲੈਂਦਾ ਹੂੰ ਉਹ ਜੇ ਪੜਾਉਣ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਹੂੰ ਤੇ ਫਿਰ ਅਕਸਰ ਕਿੱਧਰ ਨੂੰ ਜਾਊਗੀ ਗੱਲ ਉਹਦਾ ਫਰਜ਼ ਬੰਦਾ ਹੈ ਵੀ ਉਹ ਪੜਾਵੇ ਹੁਣ ਮੈਂ ਵੇਖਿਆ ਵੀ ਜਦੋਂ ਮੈਂ ਸਕੂਲ ਦੇ ਵਿੱਚ ਪੜਦਾ ਸੀ ਉਦੋਂ ਟਿਊਸ਼ਨ ਦਾ ਰਵਾਜ ਨਹੀਂ ਹੁੰਦਾ ਸੀ ਹੂੰ ਉਦੋਂ ਮੈਥ ਵਾਲੇ ਮਾਸਟਰ ਨੇ ਘੰਟਾ ਪਹਿਲਾਂ ਆਉਣਾ 9 ਤੋਂ ਉਹਨੇ ਪੜਾਉਣਾ ਮਿਹਨਤ ਕਰਾਉਣੀ ਇੰਗਲਿਸ਼ ਵਾਲੇ ਟੀਚਰ ਨੇ ਘੰਟਾ ਬਾਅਦ ਸਕੂਲ ਟਾਈਮ ਤੋਂ ਲਾਉਣਾ ਤੇ ਉਹਨਾਂ ਨੂੰ ਪੜ੍ਹਾਈ ਦਾ ਸ਼ੌਂਕ ਹੁੰਦਾ ਸੀ ਹੁਣ ਇੰਨੇ-ਇੰਨੇ ਪੈਸੇ ਲੈ ਕੇ ਮਿਆਰ ਜਿਹੜਾ ਵਿੱਦਿਆ ਦਾ ਕਿਉਂ ਨਹੀਂ ਮਾਹ ਹੋ ਰਿਹਾ ਕੀ ਜਾਂ ਕੀ ਡਿਗਰੀਆਂ ਜਿਹੜੀਆਂ ਉਹਨਾਂ ਚ ਕੋਈ ਕਾਬਲੀਅਤਾਂ ਨਹੀਂ ਰਹੀ ਉਹ ਉਮਰ ਰਹੀ ਇਹ ਗੱਲ ਨੂੰ ਸਾਨੂੰ ਇਸ ਵੱਲ ਬੜਾ ਧਿਆਨ ਦੇਣਾ ਚਾਹੂਗਾ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਜਿਹੜਾ ਉੱਚਾ ਚੱਕਿਆ ਜਾਵੇ ਬੱਚੇ ਜਿਹੜੇ ਨੌਕਰੀ ਤੋਂ ਬਰਬਾਫਰਦੇ ਆ ਡਿਗਰੀਆਂ ਵਾਲੇ ਉਹਨਾਂ ਨੂੰ ਨੌਕਰੀਆਂ ਦੇ ਕੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਉਹਨਾਂ ਨੂੰ ਭਰ ਕੇ ਸਕੂਲਾਂ ਦੀ ਜਿਹੜੀ ਇਹਨਾਂ ਦੀ ਨਫਰੀ ਹੈ ਉਹ ਪੂਰੀ ਕੀਤੀ ਜਾਵੇ ਤੇ ਪ੍ਰਾਈਵੇਟ ਸਕੂਲਾਂ ਤੇ ਸ਼ਿਕੰਜਾ ਜ਼ਰੂਰ ਕਸਿਆ ਜਾਣਾ ਚਾਹੀਦਾ ਜਿਵੇਂ ਉਹ ਬੋਲੀ ਦਾ ਘਾਣ ਕਰ ਰਹੇ ਹੈ ਜਿਵੇਂ ਪੰਜਾਬੀ ਬੋਲੀ ਨਹੀਂ ਬੋਲਣ ਦੇ ਰਹੇ ਹੋਰ ਨਹੀਂ ਕਰਨ ਦੇ ਰਹੇ ਤੇ ਬੱਚਿਆਂ ਦਾ ਹਰ ਪੱਖ ਤੋਂ ਨੁਕਸਾਨ ਹੋ ਰਿਹਾ ਹੈ ਬੱਚਿਆਂ ਕੋਲੇ ਡਿਗਰੀਆਂ ਬਹੁਤ ਹੈ ਪਰ ਉਹਨਾਂ ਕੋਲੇ ਮੈਂ ਵੇਖਿਆ ਬਹੁਤਾ ਸਾਰਿਆਂ ਨੂੰ ਤਾਂ ਨਹੀਂ ਮੈਂ ਕਹਿੰਦਾ ਪੱਲੇ ਉਹਨਾਂ ਦੇ ਕੁਝ ਵੀ ਨਹੀਂ ਹੈ ਨਾਂ ਜਨਨ ਨੌਲੇਜ ਹੈ ਨਾ ਆਪ ਦੀ ਬੋਲੀ ਦੀ ਪਕੜ ਹੈ ਨਾ ਜਿਹੜੀ ਬੋਲੀ ਉਹ ਪੜ੍ਹੇ ਹੈ ਉਹਦੇ ਜੀ ਪਕੜ ਹੈ ਕੋਈ ਇਸ ਕਰਕੇ ਇਹ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਅਧਿਆਪਕਾਂ ਦਾ ਫਰਜ਼ ਬਣਦਾ ਹੈ ਜੀ ਜੀ ਸਿਵਿਆ ਸਾਹਿਬ ਅਗਲੀ ਗੱਲ ਜਿਹੜੀ ਹੈਗੀ ਹੈ ਵੀ ਜੋ ਪੰਜਾਬ ਦਾ ਰੁਝਾਨ ਸੀਗਾ ਜਿਵੇਂ ਪਹਿਲਾਂ ਇਹ ਨਾ ਇਹ ਆਖਿਆ ਜਾਂਦਾ ਪੰਜਾਬ ਬਾਰੇ ਵੀ ਇਹ ਜਿੱਦਾਂ ਬਚਾਉਣ ਵਾਲੇ ਐ ਪਰ ਹੁਣ ਇਹ ਜਿੱਦਾਂ ਤਾਰ-ਤਾਰ ਕਰਨ ਵਾਲੇ ਪਾਸੇ ਸਿਸਟਮ ਕਿਉਂ ਚੱਲ ਪਿਆ ਕਿਉਂਕਿ ਪਿਛਲੇ ਦਿਨੇ ਦਿਨੀ ਆਪਣੇ ਲੁਧਿਆਣਾ 'ਚ ਗੈਂਗਰੇਪ ਹੋਇਆ ਕਿਤੇ 3 ਸਾਲ ਦੀ ਬੱਚੀ ਨਾਲ ਕਿਤੇ ਦੂਜੀ ਕਲਾਸ 'ਚ ਪੜ੍ਹਦੀ ਬੱਚੀ ਨਾਲ ਰੇਪ ਹੁੰਦਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ じゃ ਕਿਉਂ ਚੱਲ ਪਿਆ ਸਿਸਟਮ ਅਸਲ 'ਚ ਸਰਿੰਦਰ ਜੀ ਇਹ ਪੰਜਾਬ ਦੇ ਮੱਥੇ ਤੇ ਕਲੰਕ ਹੈ ਜੀ ਤੁਸੀਂ ਕਦੇ ਪੰਜਾਬ 'ਚ ਇਹ ਸੋਚ ਨਹੀਂ ਸਕਦਾ ਸੀ ਕੋਈ ਵੀ ਪੰਜਾਬ ਦੇ ਵਿੱਚ ਵੀ ਇਹ ਹੋਊਗਾ ਜਿੱਥੋਂ ਦੇ ਬਚਿੰਦੇ ਦੂਜੇ ਫਿਰਕਿਆਂ ਦੀਆਂ ਧੀਆਂ ਪਹਿਣਾ ਦੀ ਇੱਜ਼ਤ ਬਚਾ ਕੇ ਲਿਆਉਂਦੇ ਰਹਿਣ ਉੱਥੇ ਉਹ ਲੋਕ ਨਸ਼ਿਆਂ ਦੇ ਵਿੱਚ ਆ ਕੇ ਤੇ ਬਲਾਤਕਾਰ ਕਰਨ ਇਹ ਪੰਜਾਬ ਵਾਸਤੇ ਬਹੁਤ ਸ਼ਰਮਸ਼ਾਰ ਗੱਲ ਹੈ ਇਹ ਹੁਣ ਰੋਜ਼ ਹੀ ਨਵੇਂ ਹੋ ਰਹੇ ਸਜ਼ਾਵਾਂ ਵੀ ਵੱਧ ਤੋਂ ਵੱਧ ਦਿੱਤੀਆਂ ਜਾ ਰਹੀਆਂ ਪਰ ਗੈਂਗ ਰੇਪ ਹੈ ਜਿਹੜੇ ਉਹ ਰੋਕ ਨਹੀਂ ਰਹੇ ਹੁਣ ਇਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਸੱਚ ਲੋਕ ਨਸ਼ਿਆਂ ਦੇ ਵਿੱਚ ਲਾ ਕੇ ਉਹਨਾਂ ਦੀ ਬੁੱਧੀ ਹੈ ਰਿਪ੍ਰੈਸਟ ਹੋ ਗਈ ਆਪਦੇ ਉਹ ਇਤਿਹਾਸ ਤੋਂ ਅਣਜਾਣ ਹੋ ਗਏ ਵੀ ਸਾਡਾ ਇਤਿਹਾਸ ਕੀ ਸੀ ਅਸੀਂ ਤਾਂ 35-3500 ਲਟਕੀਆਂ ਨੂੰ ਛੜਾ ਕੇ ਆਪਦੀਆਂ ਭੈਣਾਂ ਬਣਾ ਕੇ ਉਹਨਾਂ ਦੇ ਘਰੋਂ ਘਰੀ ਛੜ ਕੇ ਆਉਂਦੇ ਰਹੇ ਤੇ ਹੁਣ ਪੰਜਾਬ ਦੇ ਵਿੱਚ ਜੇ ਬਲਾਤਕਾਰ ਹੁੰਦੇ ਐ ਐਦੂੰ ਮਾੜੀ ਗੱਲ ਹੋਰ ਕੋਈ ਨਹੀਂ ਇਹ ਬਲਾਤਕਾਰੀਆਂ ਨੂੰ ਜਿੱਥੇ ਕਾਨੂੰਨ ਦੀ ਪਕੜ ਚ ਲਿਆ ਕੇ ਸਖਤ ਸਜ਼ਾਵਾ ਦੇਣੀਆਂ ਚਾਹੀਦੀਆਂ ਉੱਥੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਇਸ ਚਰਚਾ ਦੇ ਵਿੱਚ ਅਪੀਲ ਵੀ ਕਰੀਏ ਵੀ ਤੁਸੀਂ ਆਪਦਾ ਵਿਰਸਾ ਵੇਖੋ ਤੁਹਾਡਾ ਵਿਰਸਾ ਬਹੁਤ ਵੱਡਾ ਹੈ ਇੱਥੇ ਬਲਾਤਕਾਰ ਨੂੰ ਇਸ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਕਿਉਂਕਿ ਸਾਡਾ ਜਿਹੜਾ ਅਸੀਂ ਸਾਡਾ ਇਤਿਹਾਸ ਹੈ ਉਹ ਇਤਿਹਾਸ ਸਾਡਾ ਸਨੇਰੀ ਅੱਖਰਾਂ ਦਾ ਸ਼ਿੰਗਾਰ ਹੈ ਤੇ ਉਹ ਸਨੇਰੀ ਅੱਖਰਾਂ ਦਾ ਸ਼ਿੰਗਾਰ ਰਹਿਣਾ ਚਾਹੀਦਾ ਅਸੀਂ ਭਾਈ ਜਸਕਨ ਸਿੰਘ ਸਿਵੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਕ ਵਕ ਅਮ ਘਟਨਾਵਾਂ ਤੇ ਸਾਡੇ ਨਾਲ ਬਚਾ ਚਾਚਾ ਕੀਤੀ ਸਾਰੇ ਹੀ ਦੋਸਤਾਂ ਦਾ ਸਹਿਯੋਗ ਲਈ ਧੰਨਵਾਦ ਸਤਿ ਸ੍ਰੀ ਅਕਾਲ